ਅੱਜ ਕੱਲ ਹਰ ਕੋਈ ਯੂਰਪ ਦਾ ਵਰਕ ਵੀਜ਼ਾ ਵਰਕ ਪਰਮਿਟ ਅਪਲਾਈ ਕਰਨਾ ਚਾਹੁੰਦਾ ਹੈ ਤੇ ਉੱਥੇ ਜਾ ਕੇ ਸੈੱਟ ਹੋਣਾ ਚਾਹੁੰਦਾ ਹੈ ਆਪਣੀ ਫੈਮਿਲੀ ਨੂੰ ਸੈੱਟ ਕਰਨਾ ਚਾਹੁੰਦਾ ਹੈ ਬਟ ਬਹੁਤ ਸਾਰੀਆਂ ਯੂਰਪ ਦੀਆਂ ਇਧਰ ਦੀਆਂ ਕੰਟਰੀਆਂ ਹੈਗੀਆਂ ਜਿੱਥੇ ਪ੍ਰੋਸੈਸਿੰਗ ਟਾਈਮ ਬਹੁਤ ਜ਼ਿਆਦਾ ਹਾਈ ਲੱਗਦਾ ਜਿੱਦਾਂ ਕਿ ਨੋ ਨੋ ਮਹੀਨੇ ਸਾਲ ਸਾਲ ਵੀ ਲੱਗ ਜਾਂਦਾ ਹੈ ਬਟ ਆਪਾਂ ਇੰਨਾ ਟਾਈਮ ਨਹੀਂ ਹੈਗਾ ਅਸੀਂ ਵਰਕ ਵੀਜ਼ਾ ਈਜ਼ਲੀ ਜਲਦੀ ਤੇ ਘੱਟ ਬਜਟ ਦੇ ਵਿੱਚ ਅਪਲਾਈ ਕਰਨਾ ਚਾਹੁੰਦੇ ਆ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ टॉप 5 ਇਦਾਂ ਦੀ ਯੂਰੋਪੀਅਨ ਸ਼ੈਂਗਨ ਕੰਟਰੀਜ਼ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਜਿੱਥੇ ਤੁਸੀਂ ਵਰਕ ਵੀਜ਼ਾ ਵਰ ਪਰਮਿਟ ਬਹੁਤ ਘੱਟ ਸਮੇਂ ਦੇ ਵਿੱਚ ਅਪਲਾਈ ਕਰ ਸਕਦੇ ਹੋ ਬਹੁਤ ਘੱਟ ਬਜਟ ਦੇ ਵਿੱਚ ਅਪਲਾਈ ਕਰ ਸਕਦੇ ਹੋ ਐਂਡ ਉੱਥੇ ਜਾ ਕੇ ਤੁਸੀਂ ਸੈੱਟ ਹੋ ਸਕਦੇ ਹੋ ਫੈਮਿਲੀ ਲੈ ਕੇ ਜਾ ਸਕਦੇ ਹੋ ਪੀਆਰ ਅਪਲਾਈ ਕਰ ਸਕਦੇ ਹੋ ਪਾਸਪੋਰਟਸ ਦੀ ਅਪਲਾਈ ਕਰਨ ਦੇ ਵੀ ਆਪਰਚੂਨਿਟੀਆਂ ਹੈਗੀਆਂ ਨੇ ਤੁਹਾਡੇ ਕੋਲ ਐਂਡ ਇਨਾਂ ਕੰਟਰੀਜ਼ ਦੀ ਖਾਸੀਅਤ ਇਹ ਹੈ ਕਿ ਇਹ ਟੂਰਿਸਟ ਕੰਟਰੀਜ਼ ਨੇ ਸ਼ੈਨਗਨ ਦੇ ਅੰਦਰ ਆਂਦੀਆਂ ਨੇ ਸ਼ੈਨਗਨ ਵੀਜ਼ਾ ਤੁਹਾਨੂੰ ਪ੍ਰੋਵਾਈਡ ਕੀਤਾ ਜਾਂਦਾ ਹੈ ਤੁਸੀਂ ਇਹਨਾਂ ਦਾ ਵੀਜ਼ਾ ਲੈ ਕੇ 29 ਕੰਟਰੀਜ਼ ਪੂਰੀਆਂ ਸ਼ੈਨਗਨ ਦੀਆਂ ਦੇ ਵਿੱਚ ਤੁਸੀਂ ਟਰੈਵਲ ਕਰ ਸਕਦੇ ਹੋ ਬਿਨਾ ਕਿਸੇ ਵੀਜ਼ੇ ਤੋਂ ਐਂਡ ਉਸ ਤੋਂ ਬਾਅਦ ਇੱਕ ਗੱਲ ਹੋਰ ਖਾਸੀਅਤ ਹੈ ਕਿ ਜਦੋਂ ਤੁਸੀਂ ਇਹਨਾਂ ਕੰਟਰੀਆਂ ਦੇ ਵਿੱਚ ਚਲੇ ਜਾਂਦੇ ਹੋ ਆਪਣੀ ਫੈਮਲੀ ਨੂੰ ਉੱਥੇ ਬੁਲਾ ਲੈਂਦੇ ਹੋ ਤਾਂ ਤੁਸੀਂ ਆਪਣੀ ਫੈਮਲੀ ਨੂੰ ਇੱਕ ਬੰਦਾ ਜਿਹੜਾ ਹੈਗਾ ਉੱਥੇ ਕੰਮ ਕਰਕੇ ਪੂਰੀ ਫੈਮਲੀ ਨੂੰ ਬਹੁਤ ਵਧੀਆ ਲਾਈਫ ਸਟਰਕਚਰ ਦੇ ਸਕਦਾ ਹੈ ਯੂਰੋਪੀਅਨ ਕਲਚਰ ਦੇ ਸਕਦਾ ਹੈ ਬੱਚਿਆਂ ਦੀ ਪੜ੍ਹਾਈ ਫ੍ਰੀ ਹੋ ਜਾਂਦੀ ਹੈ ਜੀ ਮੈਡੀਕਲ ਫ੍ਰੀ ਹੋ ਜਾਂਦਾ ਹੈ ਐਂਡ ਪੂਰੀ ਫੈਮਿਲੀ ਇੱਕ ਵਧੀਆ ਪਰਵਾਰ ਦੇ ਨਾਲ ਕੋਈ ਵਧੀਆ ਲਾਈਫ ਜਿਹੜੀ ਉਥੇ ਆਪਣੀ ਸਕੂਨ ਨਾਲ ਜੀ ਪਾਉਂਦੀ ਹੈ ਸੋ ਇਨਾ ਕੰਟਰੀ ਦੀ ਖਾਸੀਅਤ ਇਹ ਹੈਗੀ ਹੈ ਸੋ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਟੌਪ 5 ਯੂਰੋਪੀਅਨ ਵਰਕ ਵੀਜ਼ਾ ਵਰਕ ਪਰਮਿਟ ਦੀ ਕੰਟਰੀ ਜਿੱਥੇ ਤੁਸੀਂ ਈਜ਼ੀਲੀ ਅਪਲਾਈ ਕਰ ਸਕਦੇ ਹੋ ਹਾਂਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਹੈ ਸ਼੍ਰੀ ਵਾਹਿਗੁਰੂ ਜੀ ਖੋਤੇ ਵੈਲਕਮ ਬੈਕ ਟੂ ਮਿਸਲਿੰਗ ਚੈਨਲ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਜੀ ਟੌਪ 5 ਯੂਰੋਪੀਅਨ ਕੰਟਰੀ ਜਿੱਥੇ ਤੁਸੀਂ ਆਪਣਾ ਵਰਕ ਵੀਜ਼ਾ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ ਸਭ ਤੋਂ ਪਹਿ ਹੰਗਰੀ ਸ਼ੈਨਗਨ ਦਾ ਪਾਰਟ ਹੈ ਯੂਰੋਪੀਅਨ ਕੰਟਰੀ ਹੈ ਠੀਕ ਹੈ ਜੀ ਇੱਥੋਂ ਦਾ ਤੁਸੀਂ ਵਰਕ ਵੀਜ਼ਾ ਬਹੁਤ इजीली ਅਪਲਾਈ ਕਰ ਸਕਦੇ ਹੋ ਅਗਰ ਪ੍ਰੋਸੈਸਿੰਗ ਟਾਈਮ ਦੀ ਗੱਲ ਕਰੀਏ ਤਾਂ ਪ੍ਰੋਸੈਸਿੰਗ ਟਾਈਮ ਦੇ ਵਿੱਚ ਨਾਰਮਲੀ 4 ਤੋਂ 5 ਮਹੀਨਿਆਂ ਦੇ ਵਿੱਚ ਤੁਸੀਂ ਵਰਕ ਵੀਜ਼ਾ ਲੈ ਕੇ ਉੱਥੇ ਜਾ ਸਕਦੇ ਹੋ ਐਂਡ ਉੱਥੇ ਜਾ ਕੇ ਤੁਸੀਂ 1 ਸਾਲ ਟੈਕਸ ਪੇ ਕਰਕੇ ਆਪਣੀ ਫੈਮਿਲੀ ਨੂੰ ਵੀ ਬੁਲਾ ਸਕਦੇ ਹੋ 5 ਸਾਲ ਕੰਮ ਕਰਕੇ ਪੀਆਰ ਵੀ ਅਪਲਾਈ ਕਰ ਸਕਦੇ ਹੋ ਸੋ ਬਹੁਤ ਵਧੀਆ ਆਪਰਚੂਨਿਟੀਆਂ ਹੈਗੀਆਂ ਨੇ ਹੰਗਰੀ ਦੇ ਵਿੱਚ ਇੱਕ ਘੱਟ ਬਜਟ ਦੇ ਵਿੱਚ ਤੁਸੀਂ ਵਰ ਪਰਮਿਟ ਲੈ ਕੇ ਜਾ ਸਕਦੇ ਹੋ ਐਂਡ ਐਜੂਕੇਸ਼ਨ ਵੀ ਨਹੀਂ ਜ਼ਿਆਦਾ ਨਹੀਂ ਚਾਹੀਦੀ। ਅਗਰ ਤੁਸੀਂ 10ਵੀਂ ਪਾਸ ਹੋ, +2 ਪਾਸ ਹੋ, ਨਾਰਮਲ ਇੰਗਲਿਸ਼ ਆਂਦੀ ਹੈ ਤੁਹਾਨੂੰ ਤਾਂ ਤੁਸੀਂ ਹੰਗਰੀ ਦਾ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ। ਜੌਬਸ ਕਿਹੜੀਆਂ-ਕਿਹੜੀਆਂ ਅਵੇਲੇਬਲ ਹੈਗੀਆਂ ਨੇ ਉੱਥੇ ਜਾ ਕੇ ਅਗਰ ਘੱਟ ਪੜਿਆ ਨਹੀਂ ਕਦੀ ਗੱਲ ਕਰੀਏ ਤਾਂ ਤੁਸੀਂ ਉੱਥੇ ਪੈਕਿੰਗ ਦੀ ਜੌਬ ਕਰ ਸਕਦੇ ਹੋ, ਲੋਡਿੰਗ ਅਨ ਲੋਡਿੰਗ ਦੀ ਜੌਬ ਕਰ ਸਕਦੇ ਹੋ, ਵੇਅਰਹਾਊਸ ਦੇ ਵਿੱਚ ਕੰਮ ਹੈਗੇ ਨੇ, ਕਲੀਨਿੰਗ ਦੇ ਕੰਮ ਹੈਗੇ ਨੇ, ਰੈਸਟੋਰੈਂਟ ਦੇ ਵਿੱਚ ਕੰਮ ਹੈਗੇ ਨੇ। ਸੋ ਇਹ ਕੰਮ ਜਿਹੜੇ ਨੇ ਅਵੇਲੇਬਲ ਹੈਗੇ ਆ ਹੰਗਰੀ ਕੰਟਰੀ ਦੇ ਵਿੱਚ। ਸੋ ਈਜ਼ਲੀ ਘੱਟ ਬਜਟ ਦੇ ਵਿੱਚ ਨਾਰਮਲੀ ਪਰਮਿਟ ਅਪਲਾਈ ਕਰ ਸਕਦੇ ਹੋ ਰਾਈਟ ਹੁਣ ਚੱਲੇ ਆਪਾਂ ਦੂਸਰੀ ਕੰਟਰੀ ਦੂਸਰੀ ਕੰਟਰੀ ਦੇ ਵਿੱਚ ਆ ਜਾਂਦਾ ਜੀ ਕਰੋਸ਼ੀਆ ਕਰੋਸ਼ੀਆ ਬਹੁਤ ਵਧੀਆ ਕੰਟਰੀ ਤੇ ਰੀਸੈਂਟਲੀ ਹੀ ਸ਼ੈਨਗਨ ਦਾ ਪਾਰਟ ਬਣੀ ਹੈ ਜਿੱਥੇ ਬਹੁਤ ਜ਼ਿਆਦਾ ਸਕਸੈਸ ਰੇਟ ਦੇਖਣ ਨੂੰ ਮਿਲ ਰਿਹਾ ਐ ਐਂਡ ਘੱਟ ਸਮੇਂ ਦੇ ਵਿੱਚ ਤੁਸੀਂ ਕਰੋਸ਼ੀਆ ਦਾ ਵਰਕ ਪਰਮਿਟ ਲੈ ਕੇ ਵਰਕ ਵੀਜ਼ਾ ਲੈ ਕੇ ਉੱਥੇ ਜਾ ਸਕਦੇ ਹੋ ਵਰਕ ਪਰਮਿਟ ਐਂਡ ਵਰਕ ਵੀਜ਼ਾ ਅਪਲਾਈ ਕਰਨਾ ਕਰੋਸ਼ੀਆ ਦਾ ਬਹੁਤ ਜ਼ਿਆਦਾ ਈਜ਼ੀ ਹੈਗਾ ਕਿਸੇ ਵੀ ਅਗਰ ਏਜੰਟ ਕੋਲ ਜਾਂਦੇ ਹੋ ਤਾਂ ਨੋਰਮਲੀ ਜਿਹੜਾ ਰੇਟ ਸ਼ੁਰੂ ਹੋ ਜਾਂਦਾ 5 ਤੋਂ ਲੈ ਕੇ ਪੰਜਾਬ ਦੇ ਵਿੱਚ ਜੋ ਰੇਟ ਚੱਲਦਾ ਉਹ ਚੱਲਦਾ ਜੀ 7 ਲੱਖ 8 ਲੱਖ ਬਟ ਕਈ ਏਜੰਟ ਤੁਹਾਨੂੰ ਇਦਾਂ ਦੇ ਵੀ ਮਿਲ ਜਣਗੇ ਜਿੰਨਾਂ ਕੋਲ 6 ਲੱਖ 6.5 ਲੱਖ ਵੀ ਮਿਲ ਜਾਂਦਾ ਹੈ ਕਈਆਂ ਕੋਲ 5.5 ਲੱਖ ਵੀ ਮਿਲ ਜਾਂਦਾ ਹੈ ਡਿਪੈਂਡ ਕਰਦਾ ਹੈ ਕਿਹੜੀ ਕੈਟਾਗਰੀਜ਼ ਦੇ ਵਿੱਚ ਤੁਸੀਂ ਜੋਬ ਨੂੰ ਅਪਲਾਈ ਕਰ ਰਹੇ ਹੋ ਐਂਡ ਤੁਹਾਡੀ ਸੈਲਰੀ ਕਿੰਨੀ ਹੈਗੀ ਹੈ ਬਟ ਪ੍ਰੋਸੈਸਿੰਗ ਟਾਈਮ ਇੰਦਾ ਵੀ 4 ਕੁ ਮਹੀਨੇ ਦਾ 5 ਮਹੀਨੇ ਦਾ ਹੀ ਦਿੰਦਾ ਹੈ ਰਾਈਟ ਸੋ ਇੱਥੇ ਵੀ ਤੁਸੀਂ ਆਪਣਾ ਵਰਕ ਪਰਮਿਟ ਅਪਲਾਈ ਕਰ ਸਕਦੇ ਹੋ ਅਪਲਾਈ ਕਰਕੇ ਉੱਥੇ 5 ਸਾਲ ਕੰਮ ਕਰਕੇ ਤੁਸੀਂ ਆਪਣੀ ਪੀਆਰਵੀ ਅਪਲਾਈ ਕਰ ਸਕਦੇ ਹੋ ਇੱਥੋਂ ਦਾ ਵੀ ਤੁਹਾਨੂੰ ਵੀਜ਼ਾ ਜਿਹੜਾ ਉਹ ਸ਼ੈਂਗਨ ਕੰਟਰੀਜ਼ ਦੇ ਵਿੱਚ ਅਲਾਉ ਕਰਦਾ ਹੈ ट्रैवल ਕਰਨ ਵਾਸਤੇ ਤੁਸੀਂ ਪੂਰੀਆਂ ਸ਼ੈਂਗਨ ਪਾਰਟ ਦੇ ਵਿੱਚ ਯੂਰਪ ਪਾਰਟ ਦੇ ਵਿੱਚ ਬਿਨਾ ਵੀਜ਼ਾ ਲਏ ਤੁਸੀਂ ਟਿਕਟ ਬੁੱਕ ਕਰਵਾਣੀ ਹੈ 90 ਡੇਸ ਤੱਕ ਤੁਸੀਂ ਇਨ੍ਹਾਂ ਘੰਟਿਆਂ ਦੇ ਵਿੱਚ ਟਰੈਵਲ ਕਰ ਸਕਦੇ ਹੋ ਪੀਆਰ ਤੋਂ ਬਾਅਦ ਫੈਮਲੀ ਤੁਹਾਡੀ ਸੈੱਟ ਹੋ ਜਾਂਦੀ ਹੈ ਤੁਸੀਂ ਆਪਣੀ ਫੈਮਲੀ ਨੂੰ ਬੁਲਾ ਸਕਦੇ ਹੋ ਰਾਈਟ ਫੈਮਲੀ ਨੂੰ ਬੁਲਾ ਕੇ ਤੁਹਾਡੀ ਸਕੂਲਿੰਗ ਬੱਚਿਆਂ ਦੀ ਫ੍ਰੀ ਹੋ ਜਾਂਦੀ ਹੈ ਮੈਡੀਕਲ ਫ੍ਰੀ ਹੋ ਜਾਂਦਾ ਹੈ ਸੋ ਸਾਰੀਆਂ ਚੀਜ਼ਾਂ ਦੀ ਸਹੂਲਤਾਂ ਜਿਹੜੀਆਂ ਯੂਰੋਪੀਅਨ ਕਲਚਰ ਦੇ ਵਾਂਗੂ ਹੀ ਤੁਹਾਨੂੰ ਮਿਲਦੀਆਂ ਨੇ ਸੋ ਇਹ ਦੋ ਘੰਟੇ ਤੁਹਾਡੀਆਂ ਹੈਗੀਆਂ ਨੇ ਜਿ ਪੇਲੀ ਹੰਗਰੀ ਐਂਡ ਦੂਸਰਾ ਕਰੋਸ਼ੀਆ ਥਰਡ ਤੇ ਹੁਣ ਆਪਾਂ ਗੱਲ ਕਰਾਂਗੇ ਜੀ ਗ੍ਰੀਸ ਗ੍ਰੀਸ ਸਾਨੂੰ ਪਤਾ ਹੈ ਜੀ ਬਹੁਤ ਫੇਮਸ ਇੱਕ ਕੰਟਰੀ ਹੈਗੀ ਹੈ ਟੂਰਿਸਟ ਕੰਟਰੀ ਹੈ ਜਿੱਥੇ ਲਾਈਕ ਗਰਮੀ ਹੀ ਰਹਿੰਦੀ ਹੈ ਸਮਰ ਲਾਈਕ ਨੋ 300 ਦੇ ਨੇ ਤੇ ਸਮਰ ਹੀ ਰਹਿੰਦਾ ਤੇ ਟ ਕਿੰਨ ਕੰਟਰੀ ਹੈਗੀ ਹੈ ਇਹਨਾਂ ਦਾ ਵੀਜ਼ਾ ਲੈ ਕੇ ਤੁਸੀਂ ਜਿੱਥੇ ਮਰਜ਼ੀ ਟਰੈਵਲ ਕਰੋ ਤੁਹਾਨੂੰ ਕੋਈ ਵੀ ਨਹੀਂ ਰੋਕਦਾ ਜੀ ਜਿੱਥੇ ਮਰਜ਼ੀ ਦਾ ਮਤਲਬ ਪੂਰੇ ਯੂਰਪ ਦੇ ਵਿੱਚ ਸ਼ੈਨਗਨ ਦੇ ਵਿੱਚ ਤੁਸੀਂ ਟਰੈਵਲ ਕਰ ਸਕਦੇ ਹੋ ਐਂਡ ਸੈਲਰੀ ਦੀ ਗੱਲ ਕਰੀਏ ਇੱਥੇ ਆਲਮੋਸਟ ਸੈਲਰੀ ਜਿਹੜੀ ਹੈ 800 ਯੂਰੋ ਸ਼ੁਰੂ ਹੋ ਜਾਂਦੀ ਹੈ 850 ਵੀ ਹੈਗੀ 900 ਯੂਰੋ ਵੀ ਹੈਗੀ ਹੈ ਪਲੱਸ ਇੱਥੇ ਤੁਸੀਂ ਆਪਣੀ ਫੈਮਿਲੀ ਨੂੰ ਵੀ ਬੁਲਾ ਸਕਦੇ ਹੋ ਇੱਕ ਸਾਲ ਤੁਸੀਂ ਕੰਮ ਕਰੋ ਫੈਮਿਲੀ ਵੀਜ਼ਾ ਜਿਹੜਾ ਹੈ ਪਰ ਹੁਣ ਤਾਂ ਬੰਦ ਨੇ ਬਟ ਜਦੋਂ ਵੀ ਓਪਨ ਹੁੰਦੇ ਆ ਮਤਲਬ ਆਪਣਾ 1 ਸਾਲ ਕਰਕੇ ਤੁਸੀਂ ਟੈਕਸ ਪੇ ਕਰਕੇ ਆਪਣੀ ਫੈਮਿਲੀ ਮੈਂਬਰਸ ਨੂੰ ਬੁਲਾ ਸਕਦੇ ਹੋ ਵਾਈਫ ਐਂਡ ਬੱਚਿਆਂ ਨੂੰ ਵਾਈਫ ਜਦੋਂ ਬੱਚੇ ਆ ਜਾਂਦੇ ਨੇ ਉਹਨਾਂ ਦੀ ਪੜ੍ਹਾਈ ਮੈਡੀਕਲ ਸਕੂਲ ਵਗੈਰਾ ਸਭ ਕੁਝ ਫ੍ਰੀ ਹੁੰਦਾ ਐਂਡ ਵਾਈਫ ਦੇ ਵੀ ਇੱਥੇ ਪੇਪਰ ਬਣ ਜਾਂਦੇ ਨੇ ਬੱਚਿਆਂ ਦੇ ਵੀ ਪੇਪਰ ਬਣ ਜਾਂਦੇ ਆ ਐਂਡ ਤੁਸੀਂ ਟਰੈਵਲ ਕਰ ਸਕਦੇ ਹੋ 90 ਡੇਜ਼ ਉੱਤੇ ਪੂਰੇ ਸ਼ੇਨਗਨ ਜ਼ੋਨ ਦੇ ਵਿੱਚ 5 ਸਾਲ ਬਾਅਦ ਤੁਸੀਂ ਇੱਥੇ ਵੀ ਪੀਆਰ ਅਪਲਾਈ ਕਰ ਸਕਦੇ ਹੋ ਲੌਂਗ ਟਰਮ ਵੀਜ਼ਾ ਪਾਇਲ ਮਿਲ ਜਾਂਦਾ ਤੁਹਾਨੂੰ ਇਸ ਵੀਜ਼ੇ ਨੂੰ ਤੁਸੀਂ ਜਰਮਨ ਦੇ ਵਿੱਚ ਵੀ ਅਗਰ ਕਨਵਰਟ ਕਰਨਾ ਤਾਂ ਜਰਮਨ ਵਰਗੀ ਕੰਟਰੀ ਦੇ ਵਿੱਚ ਜਾ ਚੇਂਜ ਕਰਵਾ ਸਕਦੇ ਹੋ ਪੀਆਰ ਸਟੇਟਸ ਜਿਹੜਾ ਤੁਹਾਡਾ ਉੱਥੇ ਜਰਮਨ ਚ ਜਾ ਕੇ ਵਰਕ ਪਰਮਿਟ 'ਚ ਕਨਵਰਟ ਹੋ ਜਾਂਦਾ ਹੈ ਜੀ ਤਿੰਨ ਕੰਟਰੀਆਂ ਹੋ ਗਿਆ ਜੀ ਚੌਥੇ ਤੋਂ ਹੁਣ ਆਪਾਂ ਗੱਲ ਕਰਦੇ ਹਾਂ ਜੀ ਤੁਹਾਡੀ ਲਥੁਆਨੀਆ ਲਥੁਆਨੀਆ ਇੱਕ ਸ਼ੈਨਗਨ ਦਾ ਪਾਰਟ ਹੈ ਛੋਟੀ ਜੀ ਕੰਟਰੀ ਹੈ ਬਹੁਤ ਹੀ ਸੋਹਣੀ ਕੰਟਰੀ ਹੈ ਠੀਕ ਹੈ ਜੀ ਇੱਥੋਂ ਦਾ ਵੀ ਵੀਜ਼ਾ ਤੁਸੀਂ ਲੈ ਕੇ ਅਗਲੀਆਂ ਕੰਟਰੀਆਂ ਵਿੱਚ ਟ੍ਰੈਵਲ ਕਰ ਸਕਦੇ ਹੋ ਫਿਊਚਰ ਹੈਗਾ 5 ਸਾਲ ਬਾਅਦ ਪੀਆਰ ਵੀ ਹੈਗੀ ਹੈ ਫੈਮਿਲੀ ਤੁਹਾਡੀ ਸੈੱਟ ਹੋ ਜਾਂਦੀ ਹੈ ਸੈਲਰੀ ਇੱਥੇ ਵੀ 800 900 ਹਜ਼ਾਰ ਯੂਰੋ ਤੱਕ ਤੁਸੀਂ ਇੱਥੇ ਵੀ ਅਰਨਿੰਗ ਕਰ ਲੈਂਦੇ ਹੋ ਇਹਨਾਂ ਕੰਟਰੀਆਂ ਦੀ ਖਾਸੀਅਤ ਇਹ ਹੈ ਕਿ ਜਦੋਂ ਵੀ ਤੁਸੀਂ ਇੱਥੇ ਜਾਂਦੇ ਹੋ ਇੱਥੇ ਤੇ ਘੱਟ ਐਕਸਪੈਂਸਸ ਨੇ ਜੀ ਰਾਈਟ ਲਥੁਵਾਨੀਆ ਦਾ ਜਿਹੜਾ ਵੀਜ਼ਾ ਵਰ ਪਰਮਿਟ ਹੈ ਆਲਮੋਸਟ ਤੁਹਾਨੂੰ 5.5 6.5 ਲੱਖ ਦੇ ਵਿੱਚ ਮਿਲ ਜਾਂਦਾ ਹੈ ਪ੍ਰੋਸੈਸਿੰਗ ਟਾਈਮ ਦੀ ਗੱਲ ਕਰੀਏ ਤਾਂ 4.5 ਕਈ ਵਾਰੀ 5 ਮਹੀਨੇ ਲੱਗ ਜਾਂਦੇ ਸੋ ਨਾਰਮਲ ਇੰਨਾ ਕੁ ਟਾਈਮ ਲੱਗ ਜਾਂਦਾ ਹੈ ਸੋ ਕੋਈ 1 ਮਹੀਨੇ ਵਾਲਾ ਕੋਈ ਵੀ ਇਦਾਂ ਦਾ ਨਹੀਂ ਹੈਗਾ ਸਿਸਟਮ ਕਿ 1 ਮਹੀਨੇ ਚ ਤੁਹਾਨੂੰ ਵੀਜ਼ਾ ਦੇ ਦੇਵੇ ਰਾਈਟ ਸੋ 4-5 ਮਹੀਨੇ ਦਾ ਪੇਸ਼ੈਂਸ ਰੱਖਣੇ ਪੈਣੇ ਹੈ ਰਾਈਟ ਇੱਥੋਂ ਦੇ ਵੀਜ਼ਾ ਸਕਸੈਸਰੀਟੀ ਦੀ ਗੱਲ ਕਰ ਲਈਏ ਤਾਂ 100% ਤੁਹਾਨੂੰ ਵੀਜ਼ਾ ਮਿਲਦਾ ਜੀ ਹੰਗਰੀ ਦੇ ਵਿੱਚ ਵੀ ਤੁਹਾਨੂੰ ਕਰੋਸ਼ੀਆ ਦੇ ਵਿੱਚ ਜੀ ਗ੍ਰੀਸ ਦੇ ਵਿੱਚ ਉਸ ਤੋਂ ਬਾਅਦ ਆਪਾਂ ਹੁਣ ਗੱਲ ਕਰ ਰਹੇ ਹਾਂ ਲਥੁਵਾਨੀਆ ਦੀ ਇਹ ਸਾਰੀਆਂ ਕੰਟਰੀਆਂ ਜਿਹੜੀਆਂ ਤੁਹਾਨੂੰ 100% ਵਰਕ ਵੀਜ਼ਾ ਦੇ ਦਿੰਦੇ ਨੇ ਲੋ-ਪ੍ਰੋਫਾਈਲ ਵਾਲਿਆਂ ਨੂੰ 10ਵੀਂ ਪਾਸ ਹੋ ਪਲੱਸ 2 ਪਾਸ ਹੋ ਠੀਕ ਹੈ ਜੀ ਇਵਨ 8th ਵੀ ਕੀਤੀ ਹੋਈ ਹੈ ਤਾਂ ਗ੍ਰੀਸ ਵਰਕ ਪਰਮਿਟ ਤੁਹਾਨੂੰ ਤਾਂ ਵੀ ਮਿਲ ਜਾਂਦਾ ਜੀ ਐਗਰੀਕਲਚਰ ਫੀਲਡ ਦੇ ਵਿੱਚ ਸੈਲਰੀ ਤੁਹਾਨੂੰ ਨੋਰਮਲ ਦੱਸਦੀ ਘੱਟ ਖਰਚਿਆਂ ਦੇ ਵਿੱਚ ਤੁਸੀਂ ਇੱਥੇ ਆਪਣਾ ਮਹੀਨੇ ਦਾ ਗੁਜ਼ਾਰਾ ਕਰਕੇ ਇੱਕ ਚੰਗੀ ਅਮਾਊਂਟ ਜਿਹੜੀ ਹੈ ਤੁਸੀਂ ਘਰੇ ਭੇਜ ਸਕਦੇ ਹੋ ਸੇਵਿੰਗ ਕਰ ਸਕਦੇ ਹੋ ਲਥੁਵਾਨੀਆ ਤੋਂ ਬਾਅਦ ਉਹ ਹੈ ਗਿਆ ਲਾਟਵੀਆ ਲਾਟਵੀਆ ਕੰਟਰੀ ਇੱਕ ਸ਼ੇਨਗਨ ਦਾ ਪਾਰਟ ਹੈ ਰਾਈਟ ਤੇ ਬਹੁਤ ਸੋਹਣੀ ਕੰਟਰੀ ਹੈਗੀ ਹੈ ਇਹ ਲਾਈਕ 올 ਪਹਾੜਾਂ ਦੇ ਵਿੱਚ ਗ੍ਰੀਨਰੀ ਬਹੁਤ ਸੋਹਣੀਆਂ ਕੰਟਰੀਆਂ ਨੇ ਇਹਦਾ ਇਹ ਕੰਟਰੀਆਂ ਜੀ ਤੇ ਇਹਨਾਂ ਦੇ ਵਿੱਚ ਤੁਸੀਂ ਵਰਕ ਪਰਮਿਟ ਲੈ ਕੇ इजीली ਤੁਸੀਂ ਟਰੈਵਲ ਕਰ ਸਕਦੇ ਹੋ ਬਾਕੀ ਕੰਟਰੀਆਂ ਦੇ ਵਿੱਚ ਸੇਮ ਐਜ਼ ਇਟ ਜਿੱਦਾਂ ਬਾਕੀ ਕੰਟਰੀਆਂ ਦੇ ਵਿੱਚ ਰੂਲਸ ਐਂਡ ਰੈਗੂਲੇਸ਼ਨਸ ਹੈਗੇ ਨੇ ਉਦਾਂ ਹੀ ਇਹਨਾਂ ਦੇ ਵਿੱਚ ਹੈਗੇ ਨੇ ਤੁਸੀਂ ਪੀਆਰ ਅਪਲਾਈ ਕਰ ਸਕਦੇ ਹੋ ਪਾਸਪੋਰਟ ਅਪਲਾਈ ਕਰ ਸਕਦੇ ਹੋ ਬਟ ਸ਼ਰਤੀਾ ਇਹ ਲਈ ਕਿ ਤੁਸੀਂ ਉੱਥੇ ਟੈਕਸ ਪੇ ਕਰਦੇ ਹੋਵੋ ਪੱਕੇ ਪੇਪਰਾਂ ਤੇ ਰਹਿੰਦੇ ਹੋਵੋ ਵਰਕ ਪਰਮਿਟ ਤੇ 5 ਸਾਲ ਟੀਆਰਸੀ ਤੇ ਰਹਿ ਲਓ 5 ਸਾਲ ਬਾਅਦ ਤੁਸੀਂ ਆਪਣੀ ਜਿਹੜੇ ਪੱਕੇ ਪੇਪਰ ਵੀ ਅਪਲਾਈ ਕਰ ਸਕਦੇ ਹੋ ਇੱਕ ਛੇਵੀਂ ਕੰਟਰੀ ਹੋਰ ਦੱਸਣ ਲੱਗਾ ਜੀ ਵੈਸੇ ਤਾਂ ਟਾਪ 5 ਦੱਸਿਆ ਤੁਹਾਨੂੰ ਬਟ ਇੱਕ ਛੇਵੀਂ ਕੰਟਰੀ ਹੋਰ ਹੈਗੀ ਆ ਉਹਦਾ ਨਾਮ ਹੈਗਾ ਜੀ ਇਸਟੋਨੀਆ ਇਸਟੋਨੀਆ ਵੀ ਸ਼ੇਨਗਨ ਦਾ ਪਾਰਟ ਹੈ ਯੂਰੋਪੀਅਨ ਕੰਟਰੀ ਹੈਗੀ ਹੈ ਸੇਮ ਐਜ਼ ਇਟ ਇੱਥੇ ਵੀ ਤੁਸੀਂ ਆਪ ਦਾ ਆਰਾਮਨਾਲ 800 ਤੋਂ ਲੈ ਕੇ 1000 ਯੂਰੋ ਤੱਕ इजीली ਅਰਨ ਕਰ पाओगे ਕੰਮ ਦੀ ਓਪਰਚ्युनिटीज ਇੱਥੇ ਵੀ ਬਹੁਤ ਹੈਗੀਆਂ ਨੇ ਜੌਬਸ ਇੱਥੇ ਬਹੁਤ ਹੈਗੀਆਂ ਨੇ ਟੂਰਿਸਟ ਕੰਟਰੀ ਹੈਗੀ ਆ ਹੋਟਲ ਇੰਡਸਟਰੀ ਬਹੁਤ ਹੈਗੀ ਹੈ ਰੈਸਟੋਰੈਂਟ ਦੇ ਵਿੱਚ ਕੰਮ ਬਹੁਤ ਹੈਗੇ ਨੇ ਵ ਦੇ ਕੰਮ ਹੋ ਗਏ ਸੋ ਇਦਾਂ ਦੇ ਕੰਮ ਤੁਹਾਨੂੰ ਅਪਰਚੂਨਿਟੀਆਂ ਵਰਕ ਪਰਮਿਟ ਦੇ ਵਿੱਚ ਮਿਲਦੀਆਂ ਨੇ ਸੋ ਇਸ ਕੰਟਰੀ ਦਾ ਵੀ ਵਰਕ ਪਰਮਿਟ ਦਾ ਜਿਹੜਾ ਆਪਾਂ ਆਪਣੇ ਵਰਕ ਵੀਜ਼ਾ ਦਾ ਟਾਈਮ ਪੀਰੀਅਡ ਅਗਰ ਆਪਾਂ ਗੱਲ ਕਰੀਏ ਇਹਦਾ ਵੀ 4 ਤੋਂ 5 ਮਹੀਨੇ ਲੱਗ ਜਾਂਦੇ ਆ ਹੁਣ ਸਾਰੀਆਂ ਕੰਟਰੀਆਂ ਦੇ ਅਗਰ ਆਪਾਂ ਟੋਟਲ ਇੱਕ ਵਿਊ ਦੇਖੀਏ ਕਿ ਖਰਚਾ ਕਿੰਨਾ ਕੁ ਆ ਜਾਂਦਾ ਹੈ ਹੰਗਰੀ ਦਾ ਖਰਚਾ ਜਿਹੜਾ ਨਾਰਮਲੀ 5 ਤੋਂ 6 ਕੇ 6 ਲੱਖ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਜੀ ਇੰਨਾ ਕੁ ਆ ਜਾਂਦਾ ਗ੍ਰੀਸ ਦਾ ਜਿਹੜਾ ਖਰਚਾ ਹੈਗਾ ਨਾਰਮਲੀ ਜਿਹੜਾ 7 ਤੋਂ 7.5 ਲੱਖ 8 ਲੱਖ ਦੇ ਵਿੱਚ ਆ ਜਾਂਦਾ ਹੈ ਐਂਡ ਉਸ ਤੋਂ ਬਾਅਦ ਕਰੋਸ਼ੀਆ ਕਰੋਸ਼ੀਆ 6.5 7 6 ਲੱਖ ਦੇ ਵਿੱਚ ਵੀ ਆ ਜਾਂਦਾ ਕੋਈ 5.5 ਵੀ ਦੇ ਰਿਹਾ ਹੈ ਇਸਟੋਨੀਆ ਹੋ ਗਿਆ ਲਾਤਵੀਆ ਹੋ ਗਿਆ ਲਥੁਆਨੀਆ ਹੋ ਗਿਆ ਇਹ ਤਿੰਨ ਕੰਟਰੀਆਂ ਐਦਾਂ ਦੀਆਂ ਜਿਨ੍ਹਾਂ ਦੇ ਵਿੱਚ ਵੈਰੀ ਕਰਦਾ ਏਜੰਟ ਤੇ ਡਿਪੈਂਡ ਕਰਦਾ ਕਿ ਤੁਹਾਨੂੰ 5 ਲੱਖ ਦਾ ਦੇ ਰਿਹਾ 6 ਲੱਖ ਦੇ ਰਿਹਾ 3.5 ਦਾ ਵੀ ਦੇ ਰਿਹਾ ਕਈ ਐਦਾਂ ਦੇ ਵੀ ਮੇਰੇ YouTube ਸਬਸਕ੍ਰਾਈਬਰ ਹੈਗੇ ਨੇ ਜਿਹੜੇ ਸਿਰਫ 2.5 ਲੱਖ ਰੁਪਏ ਦੇ ਵਿੱਚ ਹੰਗਰੀ ਦਾ ਵੀਜ਼ਾ ਲੈ ਕੇ ਆਏ ਨੇ ਸੋ ਹੁਣ ਡਿਪੈਂਡ ਕਰਦਾ ਕਿ ਤੁਸੀਂ ਕਿਹੜਾ ਦੇ ਏਜੰਟ ਕੋਲ ਜਾ ਰਹੇ ਹੋ ਉਹਨਾਂ ਕੋ ਕਿਹੜੀ ਆਪਰਚੂਨਿਟੀਆਂ ਹੈਗੀਆਂ ਨੇ ਐਂਡ ਉਹ ਕਿਦਾਂ ਦਾ ਵੀਜ਼ਾ ਤੁਹਾਨੂੰ ਪ੍ਰੋਵਾਈਡ ਕਰ ਰਿਹਾ ਸੋ ਇਹ ਤੁਹਾਡੀਆਂ ਟੌਪ 5 ਕੰਟਰੀਜ਼ ਜਿਹੜੀਆਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਨੇ ਯੂਰਪ ਦੀਆਂ ਤੇ ਸ਼ੇ ਸੈਟਿੰਗ ਟਾਈਮ ਦੇ ਵਿੱਚ ਆਪਣਾ ਵਰਕ ਵੀਜ਼ਾ ਵਰਕ ਪਰਮਿਟ ਤੁਸੀਂ ਅਪਲਾਈ ਕਰ ਸਕਦੇ ਹੋ ਅਗਰ ਵੀਡੀਓ ਚੰਗੀ ਲੱਗੀ ਹੈ ਤਾਂ ਆਪਣੇ ਪੰਜਾਬੀ ਭਰਾਵਾਂ ਤੱਕ ਫੈਮਿਲੀਆ ਤੱਕ ਜਰੂਰ ਸ਼ੇਅਰ ਕਰੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਕੀ ਫਤਿਹ ਲਵ ਯੂ ਸਾਰੇ ਨੂੰ ਟੇਕ ਕੇ ਚਲੀਏ